ਹਾਲ ਵਿੱਚ ਵਿਦਵਾਨ ਸਾਰੇ ਵਿਦਵਾਨਾਂ ਦੇ ਸਨਮੁਖ ਨਤਮਸਤਕ ਹੁੰਦੇ ਹੋਏ ਮੈਂ ਆਪਣੇ ਵਿਚਾਰ ਰੱਖਣ ਦੀ ਆਗਿਆ ਮੰਗਦੀ ਹਾਂ। ਇਸ ਦੌਰਾਨ ਹੋਈਆਂ ਗਲਤੀਆਂ ਦੀ ਮੈਂ ਪਹਿਲਾਂ ਹੀ ਖਿਮਾ ਦੀ ਜਾਚਕ ਹਾਂ। ਅਗਰ ਕੁਛ ਵਿਚਾਰ ਚੰਗੇ ਲੱਗੇ ਹੋਣ ਤਾਂ ਮੇਰੇ ਗੁਰੂਆਂ ਦਾ ਆਸ਼ੀਰਵਾਦ ਹੈ। ਗੁਰਮਤਿ ਸੰਗੀਤ ਦੇ ਬਾਰੇ ਅਸੀਂ ਇਹਦੇ ਇਤਿਹਾਸਕ ਪੱਖੋਂ ਬਹੁਤ ਚੰਗੇ ਤਰੀਕੇ ਨਾਲ ਜਾਣੂ ਹੋ ਚੁੱਕੇ ਹਾਂ। ਸੁਬਹਾ ਤੋਂ ਬਹੁਤ ਅੱਛੇ ਵਿਚਾਰ ਅਸੀਂ ਸੁਣ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦੁਆਰਾ ਇਸ ਦਾ ਆਗਾਜ਼ ਹੁੰਦਾ ਗਿਆ, ਬਹੁਤ ਅੱਛੇ ਵਿਚਾਰ ਅਸੀਂ ਸੁਣਨ ਆਉਂਦੇ ਰਹੇ। ਇਹਦੀ ਸਿਖਲਾਈ ਜਿਹੜੀ ਹੈ ਉਹ ਅੱਗੇ ਵੱਧਦੀ ਗਈ। ਮੈਂ ਇਸਨੂੰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਥੋੜ੍ਹਾ ਕੱਟ ਡਾਊਨ ਕਰਦੇ ਹੋਏ, ਗੁਰੂ ਘਰ ਦੀ ਸ਼ਬਦ ਕੀਰਤਨ ਪਰੰਪਰਾ ਦੀ ਸਿਖਲਾਈ, ਪਰਿਵਾਰਕ ਸੰਗਤੀ ਅਤੇ ਟਕਸਾਲੀ, ਇਹ ਤਿੰਨੋਂ ਪੱਧਰਾਂ 'ਤੇ ਹੁੰਦੀ ਆਈ ਹੈ ਐਂਡ ਟਕਸਾਲਾਂ ਦੇ ਪੱਧਰ 'ਤੇ ਤਾਂ ਹੁਣ ਵੀ ਹੋ ਰਹੀ ਹੈ। ਜਿੱਥੇ ਕਿ ਸੰਗੀਤਕ ਸੰਸਥਾਵਾਂ ਹੈਗੀਆਂ ਨੇ ਜਾਂ ਜਿਵੇਂ ਅਦਾਰੇ ਨੇ ਜਿਨ੍ਹਾਂ ਵਿੱਚ ਇੱਕ ਡਾਕਟਰ ਗੁਰਨਾਮ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਗੁਰਮਤਿ ਸੰਗੀਤ ਸਬਜੈਕਟ ਵਜੋਂ ਲਾਗੂ ਕਰਵਾਇਆ ਐਂਡ ਇਸ ਸਦਕਾ ਹੀ ਅੱਜ ਪ੍ਰਵੇਸ਼ਕਾਰ ਡਿਪਲੋਮਾ, ਪੋਸਟ ਗ੍ਰੈਜੂਏਟ ਡਿਪਲੋਮਾਸ, BA, MA, PhD ਪੱਧਰ ਦੀਆਂ ਸਿਖਲਾਈਆਂ ਹੋ ਰਹੀਆਂ ਨੇ। ਰੈਗੂਲਰ ਕਲਾਸਿਸ ਲੱਗ ਰਹੀਆਂ ਨੇ, ਪੱਤਰ ਵਿਹਾਰ ਰਾਹੀਂ ਵੀ ਅਸੀਂ ਗੁਰਮਤਿ ਸੰਗੀਤ ਦੀ ਸਿੱਖਿਆ ਗ੍ਰਹਿਣ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਔਨਲਾਈਨ ਦੇ ਜ਼ਰੀਏ ਜਿਹੜੇ ਸਾਡੇ ਦੂਰ ਦੁਰਾਡੇ ਜਿਹੜੇ ਬੈਠੇ ਹੋਏ ਨੇ ਵਿਦਿਆਰਥੀ ਨੇ ਜਿਹੜੇ ਗੁਰਮਤਿ ਸੰਗੀਤ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਬਹੁਤ ਵਧੀਆ ਇੱਕੇ ਦੇ ਰਾਹੀਂ ਮੌਕਾ ਮਿਲ ਰਿਹਾ ਹੈ। ਇਸ ਨੂੰ ਹੋਰ ਪ੍ਰਿਸਾਈਜ਼ ਕਰਦੇ ਹੋਏ ਮੈਂ ਸੰਭਾਵਨਾ ਵਜੋਂ ਨਿਯਮਤ ਸੁਝਾਵਾਂ 'ਤੇ ਵਿਚਾਰ ਕਰਦੇ ਹੋਏ ਆਪਣੇ ਕੁਛ ਵਿਚਾਰ ਰੱਖਣਾ ਚਾਹਾਂਗੀ, ਜਿਹੜੀਆਂ ਸੰਭਾਵਨਾਵਾਂ ਅਸੀਂ ਵਿੱਚ ਹੋਰ ਇਸ 'ਚ ਦੇਖ ਸਕਦੇ ਹਾਂ। ਰਬਾਬੀ ਕੀਰਤਨ ਦੀਆਂ ਬਾਰੀ, ਜਿਹੜੀਆਂ ਸੰਭਾਵਨਾਵਾਂ ਅਸੀਂ ਵਿੱਚ ਹੋਰ, ਸ਼ਬਦ ਰੀਤਾਂ, ਗਾਇਨ ਸ਼ੈਲੀਆਂ ਅਤੇ ਬਾਣੀ ਚੋਣ ਦੇ ਉਚਾਰਨ ਵਿਧੀ ਸਾਡੇ ਪਾਠਕ੍ਰਮ ਦਾ ਹਿੱਸਾ ਬਣ ਸਕਦੀ ਹੈ। ਗੁਰਮਤਿ ਸੰਗੀਤ ਦੇ ਕਲਾਸਰੂਮ ਅਧਿਆਪਨ ਲਈ ਪਰੰਪਰਾਗਤ, ਪੁਰਾਤਨ, ਸਮਕਾਲੀਨ ਵਿਦਵਾਨ ਕੀਰਤਨਕਾਰਾਂ ਦੀ ਕੀਰਤਨ ਸ਼ੈਲੀਆਂ ਤੋਂ ਸੇਧ ਲੈਣ ਹਿੱਤ ਸ਼ਬਦ ਕੀਰਤਨ ਰਚਨਾਵਾਂ ਦੀਆਂ ਆਡੀਓ ਵੀਡੀਓ ਰਿਕਾਰਡਿੰਗਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਗੁਰਮਤਿ ਸੰਗੀਤ ਵਿਭਾਗ ਦੇ ਡਾਕਟਰ ਗੁਰਨਾਮ ਸਿੰਘ ਜੀ ਦੁਆਰਾ ਕੀਤੇ ਗਏ 31 ਮੁੱਖ ਰਾਗ ਅਤੇ 31 ਰਾਗ ਪ੍ਰਕਾਰਾਂ ਦਾ ਅਸੀਂ ਇੱਥੇ ਭਰਪੂਰ ਲਾਭ ਉਠਾ ਸਕਦੇ ਹਾਂ। ਜਵੱਦੀ ਟਕਸਾਲ ਲੁਧਿਆਣਾ ਦੇ ਸੰਸਥਾਗਤ ਮੁਖੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਦੁਆਰਾ ਪੰਡਿਤ ਦਲੀਪ ਚੰਦਰ ਬੇਦੀ ਜੀ ਦੀ ਅਗਵਾਈ ਹੇਠ ਜਿਹੜੀ ਇੱਕ ਗਠਿਤ ਸੀਗੀ, ਇੱਕ ਜਿਹੜਾ ਨਿਰਣਾਇਕ ਕਮੇਟੀ ਗਠਿਤ ਕੀਤੀ ਗਈ ਸੀਗੀ, ਉਸਦੇ ਦੁਆਰਾ ਰਾਗ ਪ੍ਰਕਾਰਾਂ ਦੇ ਸਰੂਪ ਵੱਖ ਵੱਖ ਕੀਰਤਨਕਾਰਾਂ, ਰਾਗੀ ਸਿੰਘਾਂ, ਸੰਗੀਤ ਵਿਦਵਾਨਾਂ ਅਤੇ ਉਹਨਾਂ ਦੇ ਰਾਏ ਅਤੇ ਮਸ਼ਵਰੇ ਰਾਹਾਂ ਜੋ ਇੱਕ ਸਾਨੂੰ ਸੇਧ ਪ੍ਰਾਪਤ ਹੋਈ ਹੈ, ਉਹ ਅੱਜ ਵੀ ਸਾਡੇ ਲਈ ਬਹੁਤ ਵੱਡਾ ਇੱਕ ਚਾਨਣ ਵਜੋਂ ਸਾਨੂੰ ਅੱਗੇ ਲੈ ਕੇ ਜਾ ਰਿਹਾ ਹੈ। ਗੁਰਮਤਿ ਸੰਗੀਤ ਦੀਆਂ ਸਿੱਖਿਆ ਸੰਸਥਾਵਾਂ ਜੇਕਰ ਅਸਾਈਨਮੈਂਟ ਦੇ ਰੂਪ ਵਿੱਚ ਹਰ ਵਿਦਿਆਰਥੀ ਲਈ ਇੱਕ ਖਾਸ ਸਮੇਂ ਸੀਮਾ ਦੇ ਅੰਦਰ ਕਿਸੇ ਇੱਕ ਗੁਰੂ ਘਰ ਵਿੱਚ ਕੀਰਤਨ ਦੀ ਸੇਵਾ ਲਾਈ ਜਾਵੇ ਅਤੇ ਗੁਰੂ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਉਸ 'ਤੇ ਪ੍ਰਭਾਵ ਅਤੇ ਵੇਰਵੇ ਇਕੱਤਰ ਕੀਤੇ ਜਾਣ, ਤਾਂ ਗੁਰਮਤਿ ਸੰਗੀਤ ਦੀ ਮੌਲਿਕ ਪਰੰਪਰਾ ਦੀਆਂ ਪ੍ਰਸਤੁਤੀਆਂ ਵਿੱਚ ਵਿਦਿਆਰਥੀ ਹੋਰ ਸਹਿਜ ਮਹਿਸੂਸ ਕਰਨਗੇ ਅਤੇ ਸੰਗਤਾਂ ਗੁਰਮਤਿ ਸੰਗੀਤ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਹੋ ਸਕਣਗੀਆਂ। ਕਿਉਂ ਜੋ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕੰਡਰੀ ਵਿੱਚ ਗੁਰਮਤਿ ਸੰਗੀਤ ਵਿਸ਼ੇ ਬਹੁਤ ਪ੍ਰਚਾਰ ਨਹੀਂ ਹੈ ਅਤੇ BA ਅਤੇ MA ਵਿੱਚ ਜਿਹੜੇ ਗੁਰਮਤਿ ਸੰਗੀਤ ਦੇ ਸਾਡੇ ਕੋਲ ਵਿਦਿਆਰਥੀ ਆਉਂਦੇ ਨੇ, ਉਹਨਾਂ ਨੂੰ ਮੁੱਢਲੀ ਜਾਣਕਾਰੀ ਦੇਣ ਲਈ ਕੁਛ ਕੀਤਾ ਜਾਵੇ ਕਿ ਉਹਨਾਂ ਨੂੰ ਵਰਕਸ਼ਾਪਸ ਪਹਿਲਾਂ ਉਹਨਾਂ ਦੇ ਲਾਈਆਂ ਜਾਣ, ਤਾਂ ਜੋ ਉਹ ਇਸ ਦੀਆਂ ਬੇਸਿਕਸ ਪਹਿਲਾਂ ਕਲੀਅਰ ਕਰਕੇ ਫਿਰ ਉਹ MA ਦਾ ਸਿਲੇਬਸ ਜਾਂ BA ਦਾ ਸਿਲੇਬਸ ਕਰਨ, ਤਾਂ ਉਹ ਜ਼ਿਆਦਾ ਵਧੀਆ ਰਹੂਗਾ ਅਤੇ ਉਹਨਾਂ ਲਈ ਹੋਰ ਆਸਾਨ ਹੋ ਜਾਏਗਾ। ਇਸ ਜਿਹੜੀਆਂ ਕੁਛ ਸੰਭਾਵਨਾਵਾਂ ਮੈਂ ਮਹਿਸੂਸ ਕੀਤੀਆਂ ਅਤੇ ਇਸ ਦੇ ਨਾਲ ਹੀ ਮੈਂ ਕੁਛ ਚੁਣੌਤੀਆਂ ਵੀ ਪੇਸ਼ ਕਰਨਾ ਚਾਹਾਂਗੀ ਜਿਹੜੀਆਂ ਗੁਰਮਤਿ ਸੰਗੀਤ ਨੂੰ ਹਜੇ ਹੋਰ ਫੇਸ ਕਰਨੀਆਂ ਪੈ ਰਹੀਆਂ ਨੇ ਜਾਂ ਕਰਨੀਆਂ ਅੱਗੇ ਹੋ ਸਕਦੀਆਂ ਨੇ। ਗੁਰਮਤਿ ਸੰਗੀਤ ਦੇ ਸੰਗੀਤ ਵਿਗਿਆਨ ਅਤੇ ਸੰਗੀਤ ਵਿਧਾਨ ਦੀ ਸ਼ੁੱਧਤਾ ਅਤੇ ਮੌਲਿਕਤਾ ਦੀ ਜਾਣਕਾਰੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਣਾ ਲੋੜੀਂਦਾ ਹੈ। ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਵਿਸ਼ਵ ਪੱਧਰੀ ਸਾਂਝੇ ਮੰਚ ਦੀ ਲੋੜ ਹੈ। ਇੱਥੇ ਪੰਜਾਬ ਵਿੱਚ ਅਸੀਂ ਇਹ ਚੀਜ਼ ਦੱਖਣ ਤੱਕ ਲਿਜਾਣ 'ਚ ਹਜੇ ਟਾਈਮ ਲੱਗ ਰਿਹਾ ਅਤੇ ਪੂਰੇ ਪੱਧਰ ਤੱਕ ਇਸ ਚੀਜ਼ ਨੂੰ ਲਿਜਾਣ ਲਈ ਹਜੇ ਬਹੁਤ ਕਦਮ ਚੁੱਕੇ ਜਾਣ ਦੀ ਲੋੜ ਹੈਗੀ ਹੈ। ਕਿਤੇ ਨਾ ਕਿਤੇ ਇੱਕ ਸਾਂਝਾ ਮੰਚ ਸਾਨੂੰ ਜ਼ਰੂਰ ਸਥਾਪਿਤ ਕਰਨਾ ਚਾਹੀਦਾ ਹੈ ਜਿੱਥੇ ਇੰਟਰਨੈਸ਼ਨਲ ਲੈਵਲ 'ਤੇ ਇਹ ਸਾਰੇ ਵਿਦਵਾਨ ਇਕੱਠੇ ਹੋ ਸਕਣ, ਐਵੇਂ ਦੀਆਂ ਹੋਰ ਗੋਸ਼ਟੀਆਂ ਹੋ ਸਕਣ ਜਿਸ ਨਾਲ ਅਸੀਂ ਆਪਣੇ ਵਿਸ਼ੇ ਨੂੰ ਹੋਰ ਵੀ ਅੱਗੇ ਲੈ ਕੇ ਜਾ ਸਕੀਏ। ਆਪਣੇ ਆਪ ਨੂੰ ਗੁਰਮਤਿ ਸੰਗੀਤ ਵਿਸ਼ੇ ਦਾ ਵਿਦਵਾਨ ਪ੍ਰਚਾਰ ਕੇ ਆਰਥਿਕ ਲਾਭ ਪ੍ਰਾਪਤ ਕਰਨ ਹਿੱਤ ਅਨੇਕਾਂ ਅਣਸਿੱਖਿਅਕ ਵਿਦਿਆਰਥੀ ਕੀਰਤਨ ਦੀ ਸਿਖਲਾਈ ਵਿੱਚ ਲੱਗੇ ਹੋਏ ਹਨ। ਅਜਿਹੇ ਅਧਿਆਪਕਾਂ ਨੂੰ ਗੁਰਮਤਿ ਸੰਗੀਤ ਦੀ ਮੌਲਿਕਤਾ ਅਤੇ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਯਤਨ ਜ਼ਰੂਰੀ ਹਨ। ਗੁਰਮਤਿ ਸੰਗੀਤ ਦੇ ਪ੍ਰਕਾਸ਼ਿਤ ਕਾਰਜ ਵਿੱਚ ਦਰਜ ਹਜ਼ਾਰਾਂ ਸ਼ਬਦ ਰੀਤਾਂ ਕੇਵਲ ਕਿਤਾਬੀ ਸ਼ਿੰਗਾਰ ਬਣੀਆਂ ਰਹੀਆਂ ਹਨ। ਸਮੇਂ ਸਮੇਂ ਕਾਰਜਸ਼ੀਲ ਗੁਰਮਤਿ ਸੰਗੀਤ ਦੇ ਵਿਦਵਾਨ ਕੀਰਤਨਕਾਰਾਂ ਦੀਆਂ ਰਚਨਾਵਾਂ ਨੂੰ ਸੁਰਲਿਪੀਆਂ ਤੋਂ ਚੁੱਕ ਕੇ ਉਹਨੂੰ ਨਾਦਾਤਮਕ ਰੂਪ ਦੇ ਕੇ ਉਹਨਾਂ ਦਾ ਸ਼ੁੱਧ ਉਚਾਰਨ ਕਰਕੇ ਉਹਨਾਂ ਦੀਆਂ ਰਿਕਾਰਡਿੰਗਸ, ਆਡੀਓ ਵਿਜ਼ੂਅਲ ਖਜ਼ਾਨਾ ਤਿਆਰ ਕਰਕੇ ਅਸੀਂ ਇਹ ਆਪਣੇ ਆਉਣ ਵਾਲੀ ਭਾਵੀ ਪੀੜ੍ਹੀ ਨੂੰ ਦੇ ਸਕਦੇ ਹਾਂ, ਜਿਸ ਦੇ ਨਾਲ ਕਿ ਉਹ ਪੁਰਾਤਨ ਰੀਤਾਂ ਨੂੰ
ਗਾਇਨ ਕਰਨ ਜਿਹੜੀਆਂ ਕਿ ਸਿਰਫ ਕਿਤਾਬਾਂ ਵਿੱਚ ਹੀ ਰਹਿ ਗਈਆਂ ਨੇ, ਕੁਛ ਜਿਹੜੀਆਂ ਪ੍ਰਚਾਰਿਤ ਰੀਤਾਂ ਨੇ ਉਹ ਤਾਂ ਸਾਡੇ ਕੋਲ ਅੱਜ ਪ੍ਰਚਾਰ 'ਚ ਨੇ, ਕੰਪੀਟੀਸ਼ਨ 'ਚ ਨੇ, ਕੀਰਤਨ ਦਰਬਾਰਾਂ 'ਚ ਨੇ ਅਸੀਂ ਸੁਣ ਰਹੇ ਹਾਂ, ਪਰ ਜਿਹੜੀਆਂ ਹਜੇ ਹੋਰ ਵੀ ਰਹਿੰਦੀਆਂ ਨੇ ਅਸੀਂ ਉਹਨਾਂ ਨੂੰ ਹੋਰ ਵੀ ਪ੍ਰਚਾਰ ਵਿੱਚ ਲਿਆ ਸਕਦੇ ਹਾਂ। ਸੰਗੀਤ ਦੀਆਂ ਦੂਜੀਆਂ ਧਾਰਾਵਾਂ ਦੇ ਗਿਆਤਾ ਅਧਿਆਪਕ ਗੁਰਮਤਿ ਸੰਗੀਤ ਦੀਆਂ ਕਲਾਸਾਂ ਲੈ ਰਹੇ ਹਨ, ਜਿਸ ਦੇ ਨਾਲ ਨਾਲ ਕਿਤੇ ਨਾ ਕਿਤੇ ਸਾਡੇ ਵਰਗੇ, ਈਵਨ ਮੈਂ ਕਹੂੰਗੀ ਮੇਰੇ ਵਰਗੇ ਵੀ ਕਈ ਵਿਦਵਾਨ ਸੱਜਣਾਂ ਤੋਂ ਸਿੱਖਣ ਦੀ ਲੋੜ ਹੈਗੀ ਹੈ ਮੈਨੂੰ ਵੀ, ਤਾਂ ਕਿ ਅਸੀਂ ਅੱਗੇ ਹੋਰ ਗੁਰਮਤਿ ਸੰਗੀਤ ਨੂੰ ਹੋਰ ਪ੍ਰਚਾਰਿਤ ਰੂਪ ਵਿੱਚ ਕਰਨ ਲਈ ਅਸੀਂ ਹੋਰ ਸਿੱਖਿਆ ਲੈ ਕੇ ਇਸ ਨੂੰ ਵਧੀਆ ਢੰਗ ਨਾਲ ਲੈ ਕੇ ਆ ਸਕੀਏ, ਤਾਂ ਕਿ ਜਿਹੜੇ ਵੀ ਗੁਰਮਤਿ ਸੰਗੀਤ ਦੇ ਪ੍ਰਾਖੰਡ ਵਿਦਵਾਨ ਨੇ ਉਹ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ, ਨਾ ਕਿ ਜੋ ਅਸੀਂ ਹੋਰ ਗਿਆਨ ਪ੍ਰਾਪਤ ਕਰਕੇ ਉਸਨੂੰ ਗੁਰਮਤਿ ਸੰਗੀਤ ਦਾ ਹਿੱਸਾ ਬਣਾ ਰਹੇ ਹਾਂ। ਜਿਵੇਂ ਕਿ ਸਿਤਾਰ ਵਾਦਨ ਦੇ ਜਿਹੜੇ ਹੁੰਦੇ ਨੇ ਅਧਿਆਪਕ, ਉਹ ਕਿਤੇ ਨਾ ਕਿਤੇ ਦਿਲਰਬਾਰ ਜਾਂ ਰਬਾਬ ਜਾਂ ਹੋਰ ਐਵੇਂ ਦੇ ਇੰਸਟਰੂਮੈਂਟਸ ਨੂੰ ਸਿਖਾ ਰਹੇ, ਜਦਕਿ ਨਹੀਂ, ਅਗਰ ਆਪਾਂ ਜਿਹੜਾ ਉਸ ਸਾਜ਼ ਦਾ ਵਿਦਵਾਨ ਹੈਗਾ ਉਹ ਉਸਨੂੰ ਅਗਰ ਸਿਖਾਏਗਾ ਤਾਂ ਜ਼ਿਆਦਾ ਵਿਦਿਆਰਥੀਆਂ ਲਈ ਸਹਾਇਕ ਹੋਏਗਾ। ਸ਼ਬਦ ਕੀਰਤਨ ਦੀ ਸਿਖਲਾਈ ਗੁਰਮਤਿ ਸੰਗੀਤ ਅਧਿਆਪਨ ਨੂੰ ਮੁੱਖ ਰੱਖ ਕੇ ਨਾ ਕੀਤੀ ਜਾਵੇ ਸਗੋਂ ਅਜਿਹੀਆਂ ਸ਼ਬਦ ਰੀਤਾਂ ਤਿਆਰ ਕੀਤੀਆਂ ਜਾਣ ਜੋ ਗੁਰੂ ਘਰ ਦੀ ਨਿੱਤ ਦੀ ਕੀਰਤਨ ਮਰਿਆਦਾ ਦਾ ਹਿੱਸਾ ਬਣ ਸਕਣ। ਅਜਿਹੇ ਹੋਰ ਵੀ ਅਨੇਕਾਂ ਨੁਕਤੇ ਹਨ ਜੋ ਧਿਆਨ ਮੰਗਦੇ ਹਨ। ਮੈਂ ਸ਼ੁਕਰਗੁਜ਼ਾਰ ਹਾਂ ਇਸ ਸੈਮੀਨਾਰ ਦੇ ਪ੍ਰਬੰਧਕਾਂ ਦੀ, ਜਿਨ੍ਹਾਂ ਨੇ ਮੈਨੂੰ ਇਸ ਮਹਾਨ ਕਾਰਜ ਵਿੱਚ ਕੁਛ ਹਿੱਸਾ ਪਾਉਣ ਦੇ ਲਈ ਕੁਛ ਸਮਾਂ ਦਿੱਤਾ, ਅਤੇ ਵਿਸ਼ੇਸ਼ ਤੌਰ 'ਤੇ ਜਿਨ੍ਹੀ ਹਾਂ ਡਾਕਟਰ ਗੁਰਨਾਮ ਸਿੰਘ ਜੀ ਦੀ, ਜੋ ਮੇਰੇ PhD ਗਾਈਡ ਵੀ ਹਨ ਅਤੇ ਸਮੁੱਚੇ ਗੁਰਮਤਿ ਸੰਗੀਤ ਸੇਵੀਆਂ ਦੇ ਸਰਪ੍ਰਸਤੀ ਕਰ ਰਹੇ ਨੇ। ਉਹਨਾਂ ਦੇ ਆਸ਼ੀਰਵਾਦ ਨਾਲ ਹੀ ਗੁਰਮਤਿ ਸੰਗੀਤ ਨੂੰ ਸਮਝਣ ਅਤੇ ਸਿੱਖਣ ਦੀ ਸੋਝੀ ਮੈਨੂੰ ਪ੍ਰਾਪਤ ਹੋਈ ਹੈ। ਜੋ ਕੁਛ ਗਲਤੀਆਂ ਹਨ ਉਸਦੀ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।